सत श्री अकाल पंजाब टैन न्यूज़ टीवी विच तुहाडा स्वागत है। बीकेयू क्रांतिकारी ने भरवीं मीटिंग की। बीकेयू क्रांतिकारी दे ब्लाक प्रधान जोरा सिंह फौजी ने प्रेस बयान जारी करते हुए कहा कि अज ब्लाक बाघा प्राणा की मीटिंग पिंड राजियाणा विखे सूबा मीत प्रधान गुरदीप सिंह वैरोके की प्रधानगी विच की गई। लोक संग्राम मोर्चा के सूबा प्रधान तारा सिंह मोगा भी विशेष तौर पर पुजी। प्रधान गुरदीप सिंह वैरोके ने दसा कि संयुक्त किसान मोर्चे की 3 जुलाई को गाजियाबाद विखे विशेष मीटिंग हुई। इस मीटिंग विच SKM विच नवीं जथेबंदियां शामिल करन ते जिहड़ियां जथेबंदियां बाहर कढ़ियां गईयां सन उन्हां नूं लैण बारे चर्चा हुई। इस मौके गुरदीप सिंह ने दस्या कि पंजाब दी विधानसभा विच सियासी पार्टियां बना के भाग लैण वालियां जथेबंदियां नूं बाहर दा रस्ता दिखा दिता है। पेश है इस संबंधी प्रगट सिंह राजाणा दी रिपोर्ट। सर की नाम है जी ते जथेबंदी दा की नाम है? मैं जी तारा सिंह लोक संग्राम मोर्चे का सूबा प्रधान है। भारतीय किसान जिन्हें क्रांतिकारी का भी मैं सपोर्टर है जी। भारतीय किसान जिन्हें क्रांतिकारी सद्दा आया उपरों मोर्चे का कुछ एक्शन प्रोग्राम लीके आ। एक तो 31 जुलाई को 11 बजे तो लैके 1 बजे 3 बजे तक जाम लाना है ਉਹਦੀ ਇੱਥੇ ਪਲੈਨਿੰਗ ਬਣਾਉਣੀ ਹੈ ਜਥੇਬੰਦੀ ਨੇ ਜੀ। ਇਸ ਤਰ੍ਹਾਂ ਲਖੀਮਪੁਰ ਖੀਰੀ ਬਾਰੇ 75 ਘੰਟੇ ਦਾ ਧਰਨਾ ਆ ਰਿਹਾ, 3 ਦਿਨ ਲਾਉਣਾ ਧਰਨਾ ਜੀ, ਕਿਉਂਕਿ ਉੱਥੇ ਇਨਸਾਫ ਨਹੀਂ ਮਿਲਿਆ। ਜਿਹੜੇ ਜਿਹੜੀ ਕੁਚਲੇ ਸੀਗੇ MP ਨੇ MP ਦੇ ਮੁੰਡੇ ਨੇ ਬੰਦੇ, ਉੱਥੇ ਇਨਸਾਫ ਨਹੀਂ ਮਿਲਿਆ, ਉਲਟਾ ਕਿਸਾਨਾਂ ਨੂੰ ਉੱਥੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ। 75 ਘੰਟੇ ਉੱਥੇ ਧਰਨਾ ਚੱਲਣਾ। ਅਸੀਂ ਜਿਹੜੀ ਆ ਯੋਜਨਾ ਲੈ ਕੇ ਆਏ ਹਾਂ ਫੌਜੀਆਂ ਦੀ ਭਰਤੀ ਵਾਲੀ ਜੀ, ਉਹਦੇ ਬਾਰੇ ਵੀ 14 ਅਗਸਤ ਨੂੰ ਸਾਰੇ ਜਣੀ ਜ਼ਿਲ੍ਹਿਆਂ ਦੇ ਵਿੱਚ ਪ੍ਰੋਗਰਾਮ ਹੋਣੇ ਆ। ਜਿਹੜੀ ਮੋਦੀ ਦੀ ਅਗਨੀਪਥ ਵਾਲੀ ਸਕੀਮ ਹੈ ਉਹਦਾ ਵਿਰੋਧ ਕਰਦੀ ਤੁਹਾਡੀ ਜਥੇਬੰਦੀ? ਹਾਂਜੀ, ਉਹਦਾ ਵਿਰੋਧ ਕਰਦੀ ਹੈ। ਉਹ 4 ਸਾਲਾਂ ਲਈ ਨਾ ਆਪਣੇ ਪੈਨਸ਼ਨ ਦੇਣੀ ਹੈ, 4 ਸਾਲਾਂ ਦੇ ਵਿੱਚ 21 ਸਾਲ ਦਾ 22 ਸਾਲ ਦੇ ਮੁੰਡੇ ਨੇ ਮੁੜਿਆ ਆਉਣਾ ਹੈ, ਆ ਕੇ ਉਹ ਕੀ ਕਰੂਗਾ, ਉਹਦਾ ਭਵਿੱਖ ਜਾਣੀ ਖਤਰੇ 'ਚ ਹੈ। ਇਸ ਲਈ ਪੱਕੇ ਭਰਤੀ ਜਿਵੇਂ ਪਹਿਲਾਂ ਚੱਲਦਾ ਵੀ ਉਵੇਂ ਚੱਲਣੀ ਚਾਹੀਦੀ ਹੈ। ਅਗਨੀਪਥ ਜਿਹੜੀ ਯੋਜਨਾ ਹੈਗੀ ਆ ਉਹਦਾ ਜਾਣੀ ਭਾਰਤੀ ਕਿਸਾਨ ਜਿਹਨੇ ਕ੍ਰਾਂਤੀਕਾਰੀ ਅਤੇ ਹੋਰ ਅਨੇਕਾਂ ਜਥੇਬੰਦੀਆਂ ਇਹਦਾ ਵਿਰੋਧ ਕਰ ਰਹੀ ਹੈ ਜੀ। ਧੰਨਵਾਦ। ਦੇਖੋ ਇਹ ਜਿਹੜੀ ਮੀਟਿੰਗ ਹੈਗੀ ਹੈ ਬਲਾਕ ਦੀ ਮੀਟਿੰਗ ਸੱਦੀ ਹੈ। ਅਸੀਂ ਸੋਚਿਆ ਸੀਗਾ ਬਲਾਕਾਂ ਦੀਆਂ ਮੀਟਿੰਗਾਂ ਸੱਦ ਕੇ ਇੱਕ ਤਾਂ ਸ਼ਿਰਕਤ ਵੱਧ ਹੋ ਜਾਂਦੀ ਹੈ, ਗੱਲ ਸੌਖੀ ਚਲੀ ਜਾਂਦੀ ਹੈ। ਅਸੀਂ ਬਾਘਾ ਪੁਰਾਣਾ ਬਲਾਕ ਦੀ ਮੀਟਿੰਗ ਇਸ ਕਰਕੇ ਸੱਦੇ ਹੈ ਕਿ ਕਾਲੇ ਕਾਨੂੰਨਾਂ ਤੋਂ ਬਾਅਦ ਜਿਹੜੀਆਂ ਪੈਦਾ ਹੋਈਆਂ ਹਾਲਤਾਂ ਸੀਗੀਆਂ ਅਤੇ ਜਿਹੜੀਆਂ ਮੰਗਾਂ ਅੜੀਆਂ ਹੋਈਆਂ ਇੱਕ ਤਾਂ ਉਹਨਾਂ 'ਤੇ ਸਟਰਗਲ ਕਰ ਲਈਆਂ। ਬਾਕੀ ਲਖੀਮਪੁਰ ਖੀਰੀ ਵਾਲਾ ਮਾਮਲਾ ਹੈਗਾ ਉਹਦੇ ਬਾਰੇ ਵੀ ਉੱਥੇ ਅੜਨਾ ਖੜਨਾ ਹੈਗਾ, ਉੱਥੇ 75 ਦਿਨਾਂ ਦਾ ਲਾਉਣਾ ਹੈਗਾ। ਅਤੇ ਇਦੂ ਮੁੜ ਕੇ ਜਿਹੜੀ ਸਾਡੀ ਭਰਾਤਰੀ ਜਥੇਬੰਦੀ ਆ ਮੰਚ ਹੈਗਾ ਲੋਕ ਸਰਾ ਮੰਚ ਤਾਂ ਜਿਹਦਾ ਪ੍ਰਧਾਨ ਤਾਰਾ ਸਿੰਘ ਮੋਗਾ ਹੈਗੇ ਆ, ਉਹਨਾਂ ਦੀਆਂ ਆਪਦੀਆਂ ਕੁਝ ਪੋਲੀਟੀਕਲ ਮਾਮਲਿਆਂ 'ਤੇ ਹੈਗੀਆਂ, ਉਹਨਾਂ ਨੇ ਵੀ ਰੱਖਣੀਆਂ ਹੈਗੀਆਂ। ਇਸ ਕਰਕੇ ਸਾਨੂੰ ਵਿਸ਼ੇਸ਼ ਮੀਟਿੰਗ ਸੱਦਣੀ ਪਈ ਹੈਗੀ ਹੈ, ਕਿਉਂਕਿ ਸਮਾਂ ਅੱਗੇ ਨੇੜੇ ਕਰਕੇ ਫਿਰ ਸਾਨੂੰ ਇਹ ਸੀਗਾ ਵੀ ਸਾਰੀਆਂ ਗੱਲਾਂ ਵਿਚਾਰੀਏ ਅਤੇ ਉਹਨਾਂ 'ਤੇ ਅੱਗੇ ਜੋ ਵੀ ਪ੍ਰੋਗਰਾਮ ਬਣਦਾ ਅਤੇ ਉਹ ਦੇਵਾਂਗੇ ਜੀ।